ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜਿਓ ਆਪੋ ਆਪਣਾ ਮਨ ਕੜੀ ਪਾਲ ਸਤਿਗੁਰਾਂ ਦੇ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੋੜਨਾ ਕਰੀਏ ਜਿੰਦਗੀਆਂ ਅਲੰਗ ਦੀਆਂ ਜਾਂਦੀਆਂ ਹਨ ਪਰ ਮਨ ਨਹੀਂ ਜੁੜਦਾ ਮਨ ਦੁਨੀਆ ਨਾਲ ਜੁੜਿਆ ਹੋਇਆ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਭੁੱਲ ਗਏ ਹਨ ਦੁਨੀਆ ਦੇ ਵਿੱਚ ਹੀ ਮਗਨ ਹੋ ਗਿਆ ਹੈ ਭਾਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਲੜ ਲਾਇਆ ਹੈ ਕਿ ਸਾਡੇ ਤੋਂ ਬਾਅਦ ਵਿੱਚ ਦੋਹਰਾ ਪੜਦੇ ਹਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਆਰਡਰ ਟੂ ਆਲ ਸਿੱਖਸ ਗੁਰੂ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸਿੱਖਸ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰ ਏਵਰ ਆਫਟਰ ਮੀ ਸਦਾ ਵਾਸਤੇ ਜੋਗੋ ਜੋਗਾ ਟਾਲ ਧਨ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਗੁਰੂ ਹਨ ਗੁਰਬਾਣੀ ਤੁਹਾਡੀ ਗੁਰੂ ਹੈ ਤੁਹਾਨੂੰ ਸੰਭਾਲ ਕੇ ਰੱਖੇਗੀ ਤੁਸੀਂ ਗੁਰਬਾਣੀ ਦੀ ਗੱਲ ਨੂੰ ਬਚਨ ਨੂੰ ਵਾਕ ਨੂੰ ਹੁਕਮ ਨੂੰ ਮੰਨਦੇ ਰਹਿਣਾ ਸੋ ਆਜ ਸਤਾਰਮੰ ਸਲੋਕ ਹੈ ਅਸ਼ਟਪਦੀ ਹੈ ਸਤਾਰਵੇਂ ਸੁਖਮਨੀ ਸਾਹਿਬ ਜੀ ਦੀ ਇਹ ਸੁੱਖਾਂ ਦੀ ਮਨੀ ਹੈ ਮਨਾਂ ਵਿੱਚ ਸੁਖ ਵਰਤੌਣ ਵਾਲੀ ਪੂਰੀ ਦੁਨੀਆ ਦੇ ਵਿੱਚ ਆ ਸ਼ਾਂਤੀ ਹੋਈ ਪਈ ਹੈ ਕਿਧਰੇ ਸ਼ਾਂਤੀ ਨਹੀਂ ਇੱਕ ਸ਼ਾਂਤੀ ਹੈ ਤਾਂ ਗੁਰੂ ਮਹਾਰਾਜ ਜੀ ਦੇ ਬਚਨਾਂ ਵਿੱਚ ਗੁਰਬਾਣੀ ਵਿੱਚ ਸ਼ਾਂਤੀ ਹੈ ਗੁਰੂ ਸ਼ਾਂਤੀ ਪਾ ਦਿੰਦੇ ਹਨ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਜਿਨ੍ਹਾਂ ਘਰਾਂ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜਿਹੜੇ ਪਵਿੱਤਰ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜੀ ਨੂੰ ਪੜਦੇ ਹਨ ਸੁਣਦੇ ਹਨ ਉਹਨਾਂ ਘਰਾਂ ਵਿੱਚੋਂ ਦੁੱਖ ਚਲੇ ਜਾਂਦੇ ਹਨ ਸੁੱਖ ਆ ਜਾਂਦੇ ਹਨ ਸੁੱਖਾਂ ਦੇ ਡੇਰੇ ਲੱਗ ਜਾਂਦੇ ਹਨ ਦੁੱਖਾਂ ਦੇ ਡੇਰੇ ਟਹਿ ਜਾਂਦੇ ਹਨ ਮਾਇਆ ਦੇਵੀ ਕੋਈ ਕੰਮ ਨਹੀਂ ਨੇ ਰੈਂਦੀ ਵਾਹਿਗੁਰੂ ਆਪ ਹੀ ਸਾਰੇ ਪੜ ਦੇ ਖੱਜਦੇ ਜਾਂਦੇ ਹਨ ਧਰੋਂ ਆਈ ਹੋਈ ਸਤਿ ਲੋਕ ਤੋਂ ਆਈ ਹੋਈ ਪਾਵਨ ਗੁਰਬਾਣੀ ਦੇ ਸ਼ਲੋਕ ਅਸ਼ਟਪਦੀਆਂ ਹਨ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਸਲੋਕ ਇਹ 17ਵਾਂ ਸ਼ਲੋਕ ਹੈ 17ਵੀਂ ਅਸ਼ਟਪਦੀ ਹੈ ਆਦਿ ਸੱਚ ਜੋ ਗਾਦ ਸੱਚ true in the beginning true throughout the ages hai pe sach nanak hosi ve sach satguru ji says true here and now onanank he shall forever be true astpadi charan sat sat par sanhar gurumaharaj ji says ਵਾਹਿਗੁਰੂ ਜੀ ਹਿਸ ਲੋਟਸ ਫੀਟ ਆਰ ਟਰੂ ਐਂਡ ਟਰੂ ਆਰ ਦੋਸ ਹੂ ਟੱਚ ਥੈਮ ਪੂਜਾ ਸਤ ਸਤ ਸੇਵਦਾਰ ਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਐਕਸਪਲੇਨ ਜਿੰਦਾ ਗੁਰਬਾਣੀ ਸੁਖਮਨੀ ਸਾਹਿਬ ਜੀ ਹਿਸ ਡਿਵੋਸ਼ਨਲ ਵਰਸ਼ਿਪ ਇਜ਼ ਟਰੂ ਐਂਡ ਟਰੂ ਆਰ ਦੋਸ ਹੂ ਵਰਸ਼ਿਪ ਪੂਜਾ ਸਤ ਸਤ ਸੇਵਾਰ ਹਿਸ ਡਿਵੋਸ਼ਨਲ ਵਰਸ਼ਿਪ ਇਜ਼ ਟਰੂ ਐਂਡ ਟਰੂ ਆਰ ਦੋਜ਼ ਹੂ ਵਰਸ਼ਿਪ ਹਿਮ ਦਰਸ਼ਨ ਸਤ ਸਤ ਪੇਖਨ ਹਾਰ ਵਾਹਿਗੁਰੂ 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 ਦਰਸਨ ਸਤ ਸਤ ਪੇਖਨ ਹਾਰ ਦਾ ਬਲੇਸਿੰਗ ਆਫ ਹਿਸ ਵਿਜ਼ਨ ਇਜ਼ ਦਾ ਬਲੇਸਿੰਗ ਆਫ ਹਿਸ ਵਿਜ਼ਨ ਇਜ਼ ਟਰੂ ਐਂਡ ਟਰੂ ਆਰ ਦੋਜ਼ ਹੂ ਬੀਹੋਲਡ ਇਟ ਨਾਮ ਸਤ ਸਤਿ ਕਰਤੇ ਆਮਨ ਹਾਰ ਹਿਸ ਨੇਮ ਇਜ਼ ਟਰੂ ਸਤਨਾਮ ਸ੍ਰੀ ਵਾਹਿਗੁਰੂ ਹਿਸ ਨਾਮ ਸਤਨਾਮ ਸ੍ਰੀ ਵਾਹਿਗੁਰੂ ਇਸ ਇਜ਼ ਟਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਨਾਮ ਜਾਪਮਨ ਸਤਨਾਮ ਸਦਾ ਸਤਨਾਮ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਸੇਜ਼ ਹਿਸ ਨਾਮ ਇਜ਼ ਟ੍ਰੂ ਐਂਡ ਟ੍ਰੂ ਆਰ ਦੋਜ਼ ਹੂ ਮੈਡੀਟੇਟ ਔਨ ਇਟ ਆਪ ਸਤ 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 ਬੁਧਾਰੀ Guru Maharaj says he himself is true and true is all that he sustains. Guru Maharaj says he himself is virtuous goodness and he himself is the bestower of virtue. ਸ਼ਬਦ 7 ਸਤ ਪ੍ਰਭ ਬਕਤਾ ਸ਼ਬਦ 7 ਸਤ ਪ੍ਰਭ ਬਕਤਾ ਗੁਰੂ ਮਹਾਰਾਜ ਜੀ ਸੇਜ਼ ਦਾ ਵਰਡ ਆਫ ਹਿਸ ਸ਼ਬਦ ਇਜ਼ ਟਰੂ ਗੁਰਬਾਣੀ ਇਜ਼ ਟਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਇਜ਼ ਟਰੂ ਗੁਰਬਾਣੀ ਇਜ਼ ਟਰੂ ਦਾ ਵਰਡ ਆਫ ਹਿਸ ਸ਼ਬਦ ਇਜ਼ ਟਰੂ ਤਰਪੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਐਂਡ ਟਰੂ ਆ ਦੋਜ਼ ਹੂ ਸਪੀਕ ਆਫ ਗੋਡ ਵਾਹਿਗੁਰੂ सौरत सत सत जस सुनता दोज इज आर ट्रू दोज ईयर्स आर ट्रू एंड ट्रू आर दोज हु लिसन टू हिज प्रेजेस वो जनहार को सत सब होए बुज जनहार को सत सब होए वाहिगुरु all is true to one who understands nanak sat sat prab soe tan guru nanak de maharaj ji se true true is he the god akal purakh wah guru ji sat swaroop hriday janmane one who believes in the embodiment of truth with all his heart ਕਰਨ ਕਰਮਨ ਤਿੰਨ ਮੂਲ ਪਛਾਨਿਆ ਰੈਕਗਨਾਈਜ਼ ਦਾ ਕੌਜ਼ ਆਫ ਕੌਜ਼ਸ ਐਜ਼ ਦਾ ਰੂਟ ਆਫ ਆਲ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਵਿਸ਼ਵਾਸ ਪ੍ਰਭ ਆਇਆ ਵਨ ਹੂਜ਼ ਹਾਰਟ ਇਜ਼ ਫਿਲਡ ਵਿਦ ਫੇਥ ਇਨ ਗੋਡ ਵਾਹਿਗੁਰੂ ਜੀ ਤਤ ਗਿਆਨ ਇਸ ਮਨ ਪ੍ਰਗਟਾਇਆ ਦਾ ਸੈਂਸ ਆਫ ਦਾ ਸਪਿਰਚੁਅਲ ਵਿਜ਼ਡਮ ਇਜ਼ ਰਿਵੀਲਡ ਟੂ ਹਿਸ ਮਾਈਂਡ ਭੈ ਤੇ ਨਿਰਭਉ ਹੋਏ ਬਸਾਨਾ ਕਮਿੰਗ ਆਊਟ ਆਫ ਫੀਅਰ ਹੀ ਕਮਸ ਟੂ ਲਾਈਵ ਵਿਦਾਊਟ ਫੀਅਰ ਜਸਤੇ ਉਪਜਿਆ ਇਸ ਮਾਹਨ ਸਮਾਨ ਸਤਗੁਰੂ ਜੀ ਸੇਸ he is absorbed into the one from whom he originated bastama hai le bast gadai when something blends with its own tako panna kahna jaye it cannot be said to be separate from it bhoj bhojan har vivek this is understood only by one of discerning understanding nara in mele nanak ek meeting with the god aur nanak he becomes one with him thakur ka sevak vyakari the servant is obedient to his god and master thakur ka sevak sada pujari the servant worships his god and master forever thakur ke sevak kai man prateet dhan guru arjun dev maharaj's has the servant of the god master has faith ਇਨ ਹਿਸ ਮਾਈਂਡ ਠਾਕੁਰ ਕੇ ਸੇਵਕ ਕੀ ਨਰਮਲ ਰੀਤ ਦਾ ਸਰਵੈਂਟ ਆਫ ਦਾ ਗੋਡ ਮਾਸਟਰ ਲਾਈਵਸ ਏ ਪਿਓਰ ਲਾਈਫ ਸਟਾਈਲ ਠਾਕੁਰ ਕੋ ਸੇਵਕ ਜਨ ਸੰਗ ਦਾ ਸਰਵੈਂਟ ਆਫ ਦਾ ਗੋਡ ਮਾਸਟਰ ਨੋਸ ਥੈਟ ਦਾ ਗੋਡ ਇਜ਼ ਵਿਦ ਹਿਮ ਪ੍ਰਭ ਕਾ ਸੇਵਕ ਨਾਮ ਕੈ ਰੰਗ ਪ੍ਰਭ ਕਾ ਸੇਵਕੋ ਨਾਮ ਕੈ ਰੰਗ ਗੋਡਸ ਸਰਵੰਟ ਇਜ਼ ਐਟਿਊਨ ਟੂ ਦਾ ਨਾਮ ਗੋਡਸ ਵਾਹਿਗੁਰੂ ਜੀਜ਼ ਸਰਵੰਟ ਇਜ਼ ਐਟਿਊਨਡ ਟੂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਪ੍ਰਭ ਕਾ ਸੇਵਕ ਨਾਮ ਕਰੰਗ ਨਾਮ ਕੈ ਰੰਗ ਨਾਮ ਕੈ ਰੰਗ ਸਤਗੁਰੂ ਜੀ ਸੇਜ਼ ਗੋਡਸ ਸਰਵੰਟ ਇਜ਼ ਐਟਿਊਨਡ ਟੂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਦਾ ਨੇਮ ਆਫ ਦਾ ਗੋਡ ਸੇਵਕ ਕੋ ਪ੍ਰਪਾਲਨ ਹਾਰਾ ਗੋਡ ਇਜ਼ ਦਾ ਗੈਰੀਸ਼ਰ of his servant god is the treasurer of his servant sevaki rakhen rangara the formless god akal purakh vahguru ji preserves his servant so sevak jis daya prabhtar hai unto his servant god bestows his mercy नानक सौ सेवक सा सास समारे ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸੇ ਨਾਨਕ ਬੈਟ ਸਰਵੰਟ ਰਿਮੈਂਬਰਸ ਹਿਮ ਵਿਦ ਈਚ ਐਂਡ ਐਵਰੀ ਬ੍ਰੈਥ ਆਪਣੇ ਜਨਕਾ ਪਰ ਦਾ ਟਾਕੇ ਹੀ ਕਵਰਸ ਦਾ ਫਾਲਟਸ ਆਫ ਹਿਸ ਸਰਵੰਟ अपने सेवक की सर पर रख है ही शोरली परजाब द ओनर ऑफ हिज सर्पेंट अपने दास को दे वडाई अपने दास को दे वडाई ही ब्लेसेस हिज स्लेव विद ग्रेटनेस अपने सेवकों को नाम जपाई ही इंस्पायर्स हिज सर्पेंट टू चंट द नाम सतनाम श्री वागुरु सतनाम श्री वागुरु सत द नेम ऑफ द गॉड सतनाम श्री वागुरु जी अपने सेवक की आप पात्र है गुरु महाराज जी सेज ही हिमसेल्फ प्रिजर्व द ऑनर ऑफ हिज सर्वेंट ताकि कोई ना लग है no one knows his state and extent prab ke sevak ko kon pahunche no one is equal to the servant of god wah guru ji prab ke sevak uchche uchhe da servant of god is the highest of the high jo prabh apni seva laaya jo prabh apni seva laaya jo prabh apni seva laaya when whom god vahguru ji applies to his own service aananik aananik so sev dah das prakataya so sev dah das prakataya that servant is ਫੇਮਸ ਇਨ ਦਾ 10 ਡਾਇਰੈਕਸ਼ਨਸ ਨੀਕੀ ਕੀ ਰੀ ਮੈਂ ਕਲ ਰੱਖੈ ਨੀਕੀ ਕੀ ਰੀ ਮੈਂ ਕਲ ਰੱਖੈ ਨੀਕੀ ਕੀ ਰੀ ਮੈਂ ਕਲ ਰੱਖੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਸੇਜ਼ ਹੀ ਇਨਫਿਊਜ਼ਸ ਹਿਸ ਪਾਵਰ ਇਨਟੂ ਦਾ ਟਾਈਨੀ ਐਂਡ ਪਸਮ ਕਰੈ कर कोट ख है इट कैन देन रिड्यूज द आर्मीज ऑफ मिलियंस टू एशिश गुरु निकी कीरी महकल रख है ही इनफ्यूज हिज पावर इन टू द टाइनी एंड पसम कर लश्कर कोट लाख है इट कैन देन रिड्यूस the armies of millions to Ashesh. Discuss Asana those whose breath of life he himself does not take away. hath Guru Maharaj says he preserves. He preserves them. He preserves them and holds out his hand. टू प्रोटेक्ट दैम ताको राखत देकर हाथ वाहे गुरु ही प्रिजर्व दल्ड आउट हिज हैंड टू प्रोटेक्ट दैम मानस जतन कर तौभांत यू गुरु महाराज जी से यू मेंल सोट

protector of all beings kahe soch kare re prani so why are you so anxious o oh mortal japna nanak prabya lakh vidani meditate o nanak tan guru nanak dev maharaj ji se nanak on god ਮੈਡੀਟੇਟ ਔਨ ਗੋਡ ਮੈਡੀਟੇਟ ਔਨ ਗੋਡ ਦਾ ਇਨਵਿਜ਼ੀਬਲ ਦਾ ਵੰਡਰਫੁਲ ਬਾਰੰਬਾਰ ਬਾਰ ਪ੍ਰਭ ਜਪੀਏ ਬਾਰੰਬਾਰ ਬਾਰ ਪ੍ਰਭ ਜਪੀਏ ਬਾਰ ਪ੍ਰਭ ਜਪੀਏ ਬਾਰ ਪ੍ਰਭ ਜਪੀਏ ਬਾਰੰਬਾਰ ਬਾਰ ਪ੍ਰਭ ਜਪੀਏ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ 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 ਬਾਰੰਬਾਰ ਬਾਰ ਬਾਰ ਪ੍ਰਭ ਜਪੀਆ ਟਾਈਮ ਆਫਟਰ ਟਾਈਮ ਅਗੇਨ ਐਂਡ ਅਗੇਨ ਮੈਡੀਟੇਟ ਓਨ ਗੋਡ ਆਕਾਲ ਪੁਰਖ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਈ ਅਮਰਤ ਇਹੋ ਮਨ ਤਨ ਤਰਪੀਐ ਗੁਰੂ ਮਹਾਰਾਜ ਦੇ ਸੇ ਡਰਿੰਕਿੰਗ ਇਨ ਥਿਸ ਨੈਕਟਰ ਥਿਸ ਮਾਈਂਡ ਐਂਡ ਬਾਡੀ ਆਰ ਸੈਟੀਸਫਾਈਡ ਡਰਿੰਕਿੰਗ ਇਨ ਥਿਸ ਨੈਕਟਰ ਦਿਸ ਮਾਈਂਡ ਐਂਡ ਬਾਡੀ ਆਰ ਸੈਟੀਸਫਾਈਡ ਨਾਮ ਰਤਨ ਜਨ ਗੁਰਮੁਖ ਪਾਇ ਦ ਜੂਲਸ ਆਫ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਇਜ਼ ਓਬਟੇਨਡ ਬਾਈ ਦਾ ਗੁਰਮੁਖਸ ਇਸਕੇ ਚਾਵਰਨਾ ਹੈ ਦ੍ਰਿਸ਼ਟਾਇਆ ਦੇਸੀ ਨੋ ਅਦਰ ਦੈਨ ਗੋਡ ਦੇਸੀ ਨੋ ਅਦਰ ਦੈਨ ਗੋਡ ਵਾਹਿਗੁਰੂ ਜੀ ਨਾਮ ਤਨ ਨਾਮ ਰੂਪ ਰੰਗ ਅੰਤੂ ਦਮ ਦਾ ਨਾਮ ਇਜ਼ ਵੈਲਥ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ 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 unto them the name is wealth wahguru 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 da naam is beauty and delight namo sukh har naam ka sang da wahguru jis name da naam is peace da god's name is there कंपानियन नाम रस जो जन तृप्तान ने नाम रस जो जन तृप्तान ने दोज हु आर सैटिस्फाइड बाय द एसेंस ऑफ द नाम सतनाम श्री वाहि गुरु मन तन नामह नाम समने देयर माइंड्स एंड बॉडीज आर ਡੈਂਟਡ ਡੈਂਟਡ ਵਿਦ ਦਾ ਨਾਮ देयर ਮਾਈਂਡਸ ਐਂਡ ਬਾਡੀਜ਼ ਆਰ ਡੈਂਟਡ ਵਿਦ ਦਾ ਨਾਮ ਉਠਕ ਬੈਠਕ ਸੋਵਤ ਨਾਮ ਉਠਤ ਬੈਠਤ ਸੋਵਤ ਨਾਮ ਵਾਹਿਗੁਰੂ 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 ਉਠਤ ਬੈਠਤ ਸੋ ਵਤਨਾਮ ਵਾਈਲ ਸਟੈਂਡਿੰਗ ਅਪ ਸਿਟਿੰਗ ਡਾਊਨ ਐਂਡ ਸਲੀਪਿੰਗ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਹੋ ਨਾਨਕ ਜਨ ਕੈ ਸਦ ਕਾਮ ਤੁਨ ਗੁਰੂ ਨਾਨਕ ਦੇ ਮਹਾਰਾਜ ਇਸ ਫੋਰਐਵਰ ਦਾ ਅਕੂਪੇਸ਼ਨ ਆਫ ਗੋਡਸ ਵਾਹਿਗੁਰੂ ਜੀਜ਼ ਹੰਬਲ ਸਰਵੰਟ ਬੋਲੋ ਜਸ ਜਹਿ ਬਾ ਦਿਨ ਰਾਤ बोलो हो जस वागुरु 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 जय बात दिन रात बोलो जस जय बात दिन रात बोलो हो जस जय बा दिन रात चंट हिज प्रेज विद योर टंग डे एंड नाइट प्रभ अपने जन नींदात गॉड वाहेगुरु जी हिमसेल्फ हैज गिवन दिस गिफ्ट टू हिज सर्वेंट कर है भगत आत्म कह चाहे performing devotional worship with heart felt felt love prab apne syo rahe samay guru maharaj ji seize the remain absorbed in god himself jo hua ho woh so jana de no the past and the present prab apne ka hukam pehchane de recognize god's own command की महिमा कौन बखानो हु कैन डिस्क्राइब हिज ग्लोरी इनका गुण कहे एक ना जानो आई कैन नॉट डिस्क्राइब आई कैन नॉट डिस्क्राइब इवन वन ऑफ हिज वर्चुअस क्वालिटीज आठ पहजूरे गुरु महाराज से दो हू डवेल इन गॉड्स प्रेजेंस ट्वेंटी फोर आवर्स ਏ ਦੇ ਕਾਹੋ ਨਾਨਕ ਸਈ ਜਨ ਪੂਰੇ ਤੁਨ ਗੁਰੂ ਨਾਨਕ ਦੇ ਮਹਾਰਾਜ ਜੀ ਸੇਜ਼ ਦਾ ਪਰਫੈਕਟ ਪਰਸਨ ਮਨ ਮੇਰੇ ਤੈਨ ਕੀ ਔਟ ਲਹਿ ਉਹ ਮਾਈ ਮਾਈਂਡ ਸਿੱਖ ਦੇਰ ਪ੍ਰੋਟੈਕਸ਼ਨ ਮਨ ਤਨ ਆਪਣਾ ਤੈਨ ਜਾਣਦੇ ਹੈ give your mind and body to those humble beings jin jan apna prabhu pachta jin jan apna પ્રભુ પછાતા પ્રભુ પછાતા પ્રભુ પછાતા જિન જન અપના પ્રભુ પછાતા દોઝ হাম্বল બીંગસ હો રકનાઇઝ ગોડા કાળ પુરખ વૈઘુરુજી સોજન સર્વ થોક કા દાતા આર ધ ગિવર્સ ઓફ ઓલ થિંગ્સディスクી સારન ਸਾਰਬ ਸੁਖ ਪਾਵਹਿ ਇਨ ਹਿਸ ਸੈਂਕਚੁਰੀ ਆਲ ਕੰਫਰਟਸ ਆਰ ਓਬਟੇਨਡ ਇਸ ਕੈ ਦਰਸ ਸਬ ਪਾਪ ਮਿਟਾਵਹਿ ਬਾਏ ਦਾ ਬਲੇਸਿੰਗ ਆਫ ਹਿਸ ਵਿਜਨ ਦਰਸ਼ਨ ਆਲ ਸਿੰਜ਼ ਆਰ ਰੀਜ਼ਡ ਅਵਰ ਸਿਆਨਪ ਸਗਲੀ ਛਾੜ ਗੁਰੂ ਮਹਾਰਾਜ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਐਕਸਪਲੇਨ ਜਿੰਦਾ ਗੁਰਬਾਣੀ ਸੁਖਮਨੀ ਸਾਹਿਬ ਜੀ ਸੋ ਰੀਨਾਉਂਸ ਆਲ ਅਦਰ ਕਲੈਬਰਡੀ ਵਾਇਸਸ ਸੋ ਰੀਨਾਉਂਸ ਆਲ ਅਦਰ ਕਲੈਬਰ ਡਿਵਾਈਸਸ ਇਸ ਜਨ ਕੀ ਤੋ ਸੇਵਾ ਲਾਗ ਐਂਡ ਐਨਜੋਇਨ ਯੋਰ ਸੈਲਫ ਟੂ ਦਾ ਸਰਵਿਸ ਆਫ ਦੋਸ ਸਰਵੈਂਟ And enjoin yourself to the service of those servants. Aaman jaan na hovi tera, na hovi tera. Aaman jaan na hovi tera. Aaman jaan na hovi tera. Your comings and goings. shall be ended nanik tis jan ke pujho sad paira pujho sad paira 8 17 shlok 8 17 shlok dhan guru nanik de maharaj ji says worship the feet of god's humble servants ਹੌਇਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਮਹਾਰਾਜ ਜੀ ਹੋ ਆਲ ਵਰਲਡ ਦੀ ਸਾਧ ਸੰਗਤ ਜਿੰਨੀ ਵੀ ਸਾਧ ਸੰਗਤ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਹੋ ਸੰਗਤਾਂ ਵਿੱਚ ਵਾਹਿਗੁਰੂ ਜੀ ਵਸਦੇ ਹਨ ਘਟ ਘਟ ਮੈਂ ਹਰ ਜੋ ਬਸ ਐ ਸੰਤਨ ਕਹਿਓ ਪੁਕਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ 올 ਵਰਲਡ ਦੀ ਸਾਧ ਸੰਗਤ ਜੀ ਉਹ ਦਾਸ ਦਿਲਬਾਗ ਸਿੰਘ ਪਾਸੋਂ ਜੀ ਵੀ ਐਲ ਗੁਰਬਾਣੀ ਸੇਵਾ ਤੋਂ 17ਵੀਂ ਅਸ਼ਟਪਦੀ ਦਾਮ ਅਰਥਾਂ ਸਹਿਤ ਪਾਠ ਕਰਦੇ ਆਂ ਗੁਰਮੁਖੀ ਵਿੱਚ ਸਿਆਰੀ ਪਿਆਰੀ ਔਕੜ ਦਲੈਂਕੜ ਹੋੜਾ ਕਨੋੜਾ 26 ਅੱਖਰ ਜਿਹੜੇ ਇੰਗਲਿਸ਼ ਦੇ ਹਨ ਉਹਨਾਂ ਵਿੱਚ ਸੈਂਟੈਂਸ ਪੜ੍ਹਦੇ ਆਂ ਬੌਵਲ ਵੀ ਉਹਨਾਂ ਦੇ ਵਿੱਚ ਹੀ ਹਨ 26 ਅੱਖਰਾਂ ਦੇ ਸੱਚੇ ਪਾਤਸ਼ਾਹ ਜੀ ਕਈ ਪੁੱਲਾਂ ਹੋ ਜਾਂਦੀਆਂ ਹਨ ਇਹ ਇੰਗਲਿਸ਼ ਦੇ ਅੱਖਰ ਵੀ ਕਰਮਾਂ ਵਾਲੇ ਹਨ ਭਾਗਾਂ ਵਾਲੇ ਹਨ ਪਿਓ ਰ ਹਨ ਜਨਾਂ ਦੇ ਨਾਲ ਪਵਿੱਤਰ ਪਾਵਨ ਗੁਰਬਾਣੀ ਸੰਗਤਾਂ ਤੱਕ ਪਹੁੰਚ ਰਹੀ ਹੈ ਇਹ ਅੱਖਰ ਇੱਕ ਵੀ ਮਨ ਵਿੱਚ ਵਸ ਜਾਵੇ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਧੰ ਗੁਰੂ ਨਾਨਕ ਸਾਹਿਬ ਜੀ ਤੁਸੀਂ ਨਿਹਾਲ ਹੋ ਜਾਂਦੇ ਹੋ ਦਾਸ ਸੇਵਾਦਾਰ ਸੇਵਕ ਦਿਲਬਾਗ ਸਿੰਘ ਨੂੰ ਧੰ ਗੁਰੂ ਗ੍ਰੰਥ ਸਾਹਿਬ ਜੀ ਆਲ ਵਰਲਡ ਦੀ ਸਾਧ ਸੰਗਤ ਜੀ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਅਸ਼ਟਪਦੀਆਂ ਹੋ ਰਹੀਆਂ ਹਨ 18 19 20 ਤੇ 24 ਅਸ਼ਟਪਦੀਆਂ ਤੱਕ ਜੇ ਸਾਧ ਸੰਗਤ ਕਿਰਪਾ ਕਰੇਗੀ ਅਰਦਾਸ ਕਰੇਗੀ ਇਹ ਵੀ ਸਤਿਗੁਰੂ ਸੇਵਾ ਲੈ ਲੈਣਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨਗੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਹ ਜਿਹੜੇ ਕਾਰਜ ਹਨ ਰਹਿਂਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੁਗੋ ਜੋਗਾ ਟਲ ਹਨ ਕੋਈ ਵੀ ਜਨਰੇਸ਼ਨ ਆਵੇਗੀ ਗੁਰਬਾਣੀ ਪੜਦੇ ਰਹਿਣਗੇ ਸੁਣਦੇ ਰਹਿਣਗੇ ਰੋਜ਼ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਜੋਗੋ ਜੋਗਾ ਟਲ ਧੰ 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 ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਜੋ ਜੋ ਗੁਰਬਾਣੀ ਵਿੱਚ ਫਰਮਾਇਆ ਹੈ ਸਤਿਗੁਰਾਂ ਨੇ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਹਿਰਦੇ ਤੇ ਵਸਾਲਿਆ ਕਰੀਏ ਤਾਂ ਕਿ ਸਾਡਾ ਭਲਾ ਹੋ ਜਾਵੇ ਗਾ ਮਹਾਰਾਜ ਮਿਹਰ ਕਰਨਗੇ ਦਇਆ ਕਰਨਗੇ ਗੁਰਬਾਣੀ ਸਾਡੀ ਗੁਰੂ ਹੈ ਸਾਡੇ ਮਨ ਨੂੰ ਦੁਨੀਆ ਦੀ ਚਿੱਕੜ ਦੇ ਵਿੱਚੋਂ ਕੱਢ ਲਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ